ਰਹਿਮਾਨ ਰਹੀਮ, ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਦੀ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅੱਜ ਭਾਈ ਰਫਾਕਤ ਕੋਲ ਆਏ ਹਾਂ। ਮਾਸ਼ਾਅੱਲਾ, ਬੜਾ ਪਿਆਰਾ ਜਾਨਵਰ, ਬੜਾ ਲਾਜਵਾਬ ਜਾਨਵਰ, ਪਿਓਰ ਚੋਲਿਸਤਾਨੀ ਅਤੇ ਫਰੀਜ਼ੀਅਨ ਕ੍ਰਾਸ ਗਾਂ ਦੀ ਵੀਡੀਓ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਔਰ ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਉਣਾ, ਮੇਰੇ ਵੀਰ ਵੇਖਣ ਸਿਰੋਂ ਰਿਜਣ ਮੋਨੀ, ਕੋਈ ਮੋਨੀ ਕੀਤੀ ਨਹੀਂ ਹੋਈ, ਮਗਰ ਵੱਛੀ ਹੈ ਦੋਸਤੋ, ਇੱਕ ਦੀਆਂ ਦੋ ਗਾਵਾਂ ਨੇ। ਇਹ ਮੇਰਾ ਵੀਰਾ ਦੋਸਤਾਂ ਤਸੱਲੀਆਂ ਕਰ ਲੈਣੀਆਂ ਨੇ। ਮਾਸ਼ਾਅੱਲਾ, ਬੜੀ ਪਿਆਰੀ ਗਾਂ ਹੈ, ਮਾਸ਼ਾਅੱਲਾ, ਬੜੀ ਖੂਬਸੂਰਤ ਗਾਂ ਹੈ ਦੋਸਤੋ। ਮੇਰਾ ਵੀਰਾ ਦੋਸਤਾਂ ਨੇ ਤਸੱਲੀਆਂ ਕਰ ਲੈਣੇ ਨੇ। ਖੂਬਸੂਰਤੀ ਵਾਲੀ ਤਾਂ ਮਸਾਲ ਕਾਇਮ ਹੋਈ ਪਈ ਹੈ ਦੋਸਤੋ, ਮਾਸ਼ਾਅੱਲਾ, ਵੈੜੀ ਦੀ, ਬੜਾ ਲਾਜਵਾਬ ਜਾਨਵਰ ਹੈ। ਮੇਰਾ ਵੀਰਾ ਨੇ ਲੱਤ ਵੇਖ ਲੈਣੀ ਹੈ, ਗਾਂ ਦਾ ਪ੍ਰਿੰਟ ਵੇਖ ਲੈਣਾ, ਸਿਰ ਵੇਖ ਲੈਣਾ, ਸਿਰ ਤੋਂ ਲੈ ਕੇ ਖੁਰਾ ਤੀਕਰ ਗਾਂ ਦੀ ਤਸੱਲੀ ਕਰ ਲੈਣੀ ਹੈ। ਔਰ ਥਣ ਵੇਖਣਾ ਮੇਰਾ ਵੀਰਾਂ ਨੇ, ਮਾਸ਼ਾਅੱਲਾ, ਪਾਵਰ ਵਾਲਾ ਥਣ ਕਰਮਾਲੀ ਦਾ, ਪਿਓਰ ਮਾਸ਼ਾਅੱਲਾ ਚੋਲਸਤਾਨੀ ਅਤੇ ਫਰੀਜ਼ੀਅਨ ਦੋਸਤੋ। ਔਰ ਮਾਸ਼ਾਅੱਲਾ, ਮੇਰਾ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਭਾਈ ਰਫਾਕਰ ਛੱਡ ਕੇ ਤੁਰਿਆ, ਜੋ ਲਾਈਵ ਚੁਆਈ ਕਰਾਵਾਂਗਾ, ਉਹਦੇ ਜੇ ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਏਗੀ। ਅਸੀਲ ਸਾਹੂ ਦੀ, ਛੱਟੇ ਫੁਆਰ ਦੀ, ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾ ਦਿਆਂਗਾ। ਔਰ ਇਹ ਮੇਰੇ ਵੀਰ ਆਰਡਰ ਕੁਆਲਿਟੀ ਵੇਖ ਲੈਣ, ਫੜਾਂ ਵਾਲਾ ਹਵਾਨਾ, ਮੁੱਠ ਮੁੱਠ ਦਾ ਲੱਡੂਆਂ ਦਾ ਥਣ ਕਰਮਾਲੀ ਨੇ ਰੱਖਿਆ, ਲੱਡੂਆਂ ਦਾ ਥਾਣੇ, ਮਾਸ਼ਾਅੱਲਾ, ਬੜਾ ਲਾਜਵਾਬ, ਬੜਾ ਪਿਆਰਾ, ਮਾਸ਼ਾਅੱਲਾ, ਔਰ ਖੂਬਸੂਰਤ ਬੜੀ ਹੈ ਦੋਸਤੋ, ਮਗਰ ਵੱਛੀ ਹੈ, ਇੱਕ ਦੀਆਂ ਦੋ ਗਾਵਾਂ ਨੇ, ਮਾਸ਼ਾਅੱਲਾ। ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਅੱਜ ਭਾਈ ਰਫਾਕਤ ਕੋਲ ਆਏ ਹਾਂ ਫਿਰ, ਔਰ ਅੱਜ ਫਿਰ ਭਾਈ ਰਫਾਕਤ ਮਾਸ਼ਾਅੱਲਾ ਲਾਜਵਾਬ ਹੀਰਾ ਹੀ ਲੈ ਕੇ ਆਏ ਨੇ। ਇਹ ਮੇਰੇ ਵੀਰ ਪੁੱਠੇ ਵੇਖ ਲੈ, ਮੱਝ ਵਾਲੇ ਪੁੱਠੇ ਲੱਗੇ ਨੇ ਕਰਮਾਲੀ ਨੂੰ, ਇਹ ਵੱਛੀ ਛੱਡਦੇ ਨਹੀਂ ਜਾਣਾ ਇਹਨੇ ਕਰਮਾਲੀ ਨੇ, ਵੱਛੀ ਨਾ ਜਾਂ ਤਾਂ ਨਾਲ ਛੱਡ। ਔਰ ਮਾਸ਼ਾਅੱਲਾ, ਮੱਝ ਵਾਲੇ ਪੁੱਠੇ ਦੋਸਤੋ, ਇਹ ਮੇਰੇ ਵੀਰ ਵੇਖ ਲੈ, ਤਸੱਲੀਆਂ ਕਰ ਲੈਣ, ਰਿਜਨਲ ਮੱਝ ਵਾਲੇ ਪੁੱਠੇ ਲੱਗੇ ਨੇ ਕਰਮਾਲੀ ਨੂੰ। ਔਰ ਬਣੀ ਤਾਂ ਨਹੀਂ ਮੱਝ ਹੀ ਹੈ ਦੋਸਤੋ, ਮਾਸ਼ਾਅੱਲਾ, 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 ਬੜਾ ਪਿਆਰਾ ਜਾਨਵਰ ਦੋਸਤੋ, ਔਰ ਬੜਾ ਲਾਜਵਾਬ ਜਾਨਵਰ, ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਟੁਰਨ ਫਿਰਨ ਵੇਖ ਲੈਣ, 16 ਆਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ, ਮਾਸ਼ਾਅੱਲਾ, ਬੜਾ ਲਾਜਵਾਬ ਜਾਨਵਰ ਹੈ। ਬੰਨੋ ਜੀ, ਬੱਚਾ ਲਾਓ, ਲਾਈਵ ਚੁਆਈ ਕਰਾਓ, ਉਹਦੇ 'ਚ ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਏਗੀ। ਅਸੀਲ ਸਾਹੂ ਦੀ, ਛੱਟੇ ਫੁਆਰ ਦੀ, ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾ ਦਿਆਂਗਾ। ਮਾਸ਼ਾਅੱਲਾ, ਮਾਸ਼ਾਅੱਲਾ, ਬੰਨੋ, ਬੱਚਾ ਲਾਓ, ਬੜਾ ਪਿਆਰਾ ਜਾਨਵਰ ਦੋਸਤੋ, ਮਾਸ਼ਾਅੱਲਾ, ਬੜਾ ਲਾਜਵਾਬ ਜਾਨਵਰ, ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ। ਔਰ ਮਗਰ ਦੋਸਤੋ ਵੱਛੀ ਹੈ, ਇੱਕ ਦੀਆਂ ਦੋ ਗਾਵਾਂ ਨੇ, ਲੈ ਆਓ ਰਾਂ, ਮਾਸ਼ਾਅੱਲਾ, ਮੇਰਾ ਵੀਰਾ ਦੋਸਤਾਂ ਨੇ ਸੀਲਤਾ ਵੀ ਵੇਖ ਲੈਣੀਆਂ ਨੇ, ਤਸੱਲੀਆਂ ਕਰ ਲੈ, ਬੜਾ ਸੀਲ ਸਭ ਜਾਨਵਰ ਦੋਸਤੋ, ਬੜਾ ਪਿਆਰਾ, ਮਾਸ਼ਾਅੱਲਾ, ਚੱਲ ਪਸਮੇ ਤਾਂ ਬਣਦੇ, ਚੋਆ ਦਾ ਵੀਡੀਓ ਲੰਮੀ ਜਾਂਦੀ, ਇਹ ਮੇਰੇ ਵੀਰ ਪਸਮਾ ਵੀ ਵੇਖ ਲੈਣ, ਮਾਸ਼ਾਅੱਲਾ, ਕਰਮਾਲੀ ਦਾ, ਬੜਾ ਪਿਆਰਾ ਪਸਮਾ ਹੈ, ਬਾਲਟੀ ਮੁੰਦੀ ਕਰਕੇ ਵਿਖਾ ਦੇ, ਚਲੋ ਜੀ।
ਮਾਸ਼ਾਅੱਲਾ ਮਾਸ਼ਾਅੱਲਾ ਇਦਾਂ ਜਿੱਦਾਂ ਦਾ ਥਾਣੇ ਉਦਾਂ ਦੇ ਜਵਾਬ ਹੋਵੇਗਾ ਮਾਸ਼ਾਅੱਲਾ। ਚਲੋ ਜੀ ਚਲੋ ਮੈਂ ਫਿਰ ਪਰਲੇ ਪਾਸੇ ਆਵਾਂ ਇੱਧਰ ਯਾਰ ਸੂਰਜ ਪੈਂਦਾ ਮਾਸ਼ਾਅੱਲਾ ਮਾਸ਼ਾਅੱਲਾ ਮੇਰੇ ਵੀਰ ਚਵਾ ਵੇਖ ਲੈਣ ਮਾਸ਼ਾਅੱਲਾ ਦੂਸਰੀ ਬਾਲਟੀ ਲੈ ਲੈ ਇਹਨੂੰ ਇੱਥੇ ਰੱਖ ਦੂਰ ਬੜੀ ਕਰਤੀ ਯਾਰ ਸੂਰਜ ਦੀ ਸ਼ਵਾਹ ਪੈਂਦੀ ਨਾ ਚਲੋ
ਆ ਜਾ ਅੱਜ ਮੈਂ ਯਾਰ ਬੰਦਾ ਕੱਲਾ ਉਧਰ ਹੀ ਪਿਆ ਉਹਨਾਂ ਵਾਪਸ ਨਹੀਂ ਖਾ ਮਾਸ਼ਾਅੱਲਾ ਦੋਸਤੋ ਦੁੱਧ ਵੀ ਸਫੈਦ ਜੋ ਚਿੱਟਾ ਸਫੈਦ ਦੁੱਧ ਦੇ ਕਰਮਾ ਲਿਆ ਮਾਸ਼ਾਅੱਲਾ ਚਲੋ ਜੀ ਮਾਰੋ ਗੜੀ ਬਰਕਤ ਇੱਕ ਬਰਕਤ ਦੋ ਬਰਕਤ ਤਿੰਨ ਚਾਰ ਪੰਜ ਕਪਾਲ ਹੈ ਪਲਟਾਲ ਹੈ ਮਾਸ਼ਾਅੱਲਾ ਪਹਿਲਾਂ ਵੇਖਣਾ ਤੇ ਫਿਰ ਐਂਡ ਤੇ ਵੇਖਣਾ ਕੀ ਰਿਹਾ ਭਰਾ ਪੁੱਤਰ ਬਾਕੀ ਜਿਹੜੀ ਗੱਲ ਬਾਤ ਰਾਤ 12 ਵਜੇ ਬੂਰਿਓ ਲੈ ਕੇ ਆਇਆ ਆਪਣੀ ਗੱਡੀ ਤੇ ਰਾਤ 12 ਵਜੇ ਭਾਈ ਰਫਾਕਤ ਆਪਦੀ ਗੱਡੀ ਤੇ ਜਾ ਕੇ ਉਹਨਾਂ ਨੂੰ ਬੂਰਿਆ ਰਿਸੀਵ ਕੀਤਾ ਲੈ ਕੇ ਆਏ ਤੇ ਉਹਨਾਂ ਨੇ 2 ਟਾਈਮ ਇੱਥੇ ਚੁਆਈ ਕਰਕੇ ਰਾਤ 12 ਵਜੇ ਉਹਨਾਂ ਨੇ ਚੋਈ ਹੈ ਸੁਬਹ ਫਿਰ 12 ਵਜੇ ਚੋਈ 12 ਵਜੇ ਚੋਈ ਠੀਕ ਹੋ ਕੇ ਫਿਰ ਲੈ ਕੇ ਗਏ ਫਿਰ ਉਹਨਾਂ ਨੇ ਪਹਿਲੇ ਗੱਲ ਕੀਤੀ 2 ਟਾਈਮ ਚੋਕ ਲੈ ਜਾਣੀ ਮੈਂ ਕਿਹਾ 2 ਟਾਈਮ ਚੋਕ ਲੈ ਜਾਇਓ ਬਿਲਕੁਲ ਆਪਾਂ ਨੂੰ ਤਾਂ ਇਸ ਗੱਲ 'ਚ ਫਾਇਦਾ ਹੈ ਹਾਂ ਆਪਾਂ ਤਾਂ ਇੱਥੇ ਚਵਾ ਕੇ ਦੇਣਾ ਉਹਦੇ 'ਚ ਫਾਇਦਾ ਹੈ ਕਿ ਆਪਦੀ ਤਸੱਲੀ ਕਰਕੇ ਲਿਜਾਵਣ ਮੈਂ ਆਪਦੀ ਹਰ ਵੀਡੀਓ 'ਚ ਕਹਿੰਦਾ ਹੁੰਦਾ ਜਿਹੜਾ ਮੇਰਾ ਵੀਰ ਭਰਾ ਜਾਨਵਰ ਲਵੇ ਉਹ ਉੱਪਰ ਆਵੇ 2 ਟਾਈਮ ਚੋਕ ਤਸੱਲੀ ਕਰਕੇ ਲੈ ਕੇ ਜਾਵੇ ਆਪਣੀ ਟੈਨਸ਼ਨ ਫ੍ਰੀ ਹੁੰਦੀ ਟੈਨਸ਼ਨ ਫ੍ਰੀ ਹੁੰਦੀ ਬਾਅਦ 'ਚ ਜਿਹੜਾ ਡੰਗਰ ਆਪਾਂ ਆਨਲਾਈਨ ਦਿੰਦੇ ਹਾਂ ਨਾ ਉਹਦਾ ਲਾ ਕੇ ਦੁੱਧ ਆਪਾਂ ਕਿਲੋ ਅਗਲੇ ਮਾਲਕਾਂ 'ਚ 14 ਕਿਲੋ ਜਾਂ ਆਪਾਂ 12 ਕਿਲੋ ਦੱਸਦੇ ਹਾਂ ਬਿਲਕੁਲ ਫਿਰ ਵੀ ਜੇ ਲਾਮਾ ਦੇਣ ਤੇ ਫਿਰ ਯਾਰ ਆਪਣੀ ਬਿਲਕੁਲ ਮਾੜੀ ਗੱਲ ਲੇਕਿਨ ਆਪਾਂ ਲਾਮਾ ਲੈਣਾ ਨੀ ਜਿਹੜਾ ਮੇਰਾ ਵੀਰ ਭਰਾ ਜਾਨਵਰ ਲਵੇ 14 ਕਿਲੋ ਹੋਵੇ ਤੇ ਆਪਾਂ 12 ਕਿਲੋ ਦੱਸ ਕੇ ਜਾਨਵਰ ਦੇ ਮੈਂ ਬਿਲਕੁਲ ਆਪਦੀ ਹਰ ਵੀਡੀਓ 'ਚ ਕਹਿੰਦਾ ਕਿ ਜਿਹੜਾ ਮੇਰਾ ਵੀਰ ਭਰਾ ਜਾਨਵਰ ਲਵੇ ਆਵੇ 2 ਟਾਈਮ ਇੱਥੇ ਆਵੇ 2 ਟਾਈਮ ਚੋਕ ਲਿਜਾਵੇ ਜਾਨਵਰ
ਨਾ ਪਸੰਦ ਆਵੇ ਜਾਨਵਰ ਮਾਲਕ ਦੇ ਕਿੱਲੇ ਤੇ ਖੜਾ ਆਉਣ ਜਾਣ ਦਾ ਜਿਹੜੀ ਗੱਲ ਦੱਸੀ ਹੋਵੇ ਜਿਹਨਾਂ ਤੋਂ ਦੱਸਿਆ ਹੋਵੇ ਉਹਨਾਂ ਨਾ ਹੋਵੇ ਅਸੀਂ ਇਸ ਗੱਲ ਆਉਣ ਜਾਣ ਦਾ ਕਿਰਾਇਆ ਦਿਆਂਗੇ ਇਨਸ਼ਾਅੱਲਾ ਆਉਣ ਜਾਣ ਦਾ ਖਰਚ ਕਿਰਾਏ ਦੇ ਅਸੀਂ ਜ਼ਿੰਮੇਦਾਰ ਹਾਂ ਬਿਲਕੁਲ ਜਿਹੜੀ ਗੱਲ ਅਸੀਂ ਦੱਸੀ ਹੋਈ ਉਹਦੇ ਵਿੱਚ ਫਰਕ ਨਿਕਲਦਾ ਲੇਕਿਨ ਥਣ ਦਾ ਵਾਧਾ ਘਾਟਾ ਨਿਕਲੇ ਫਿਰ ਵੀ ਜ਼ਿੰਮੇਦਾਰ ਠੀਕ ਹੋ ਗਿਆ ਲੇਕਿਨ ਜਿਹੜਾ ਜਾਨਵਰ ਉਹ ਇੱਥੇ ਚੋ ਕੇ ਤਸੱਲੀ ਕਰਕੇ ਲੈ ਜਾਂਦੇ ਅਗਲੇ ਦੇ ਘਰ 'ਚ ਅਗਲੇ ਦਾ ਪਾਏ ਦਾ ਜੋ ਅਗਲੇ ਦੇ ਦੁੱਧ ਪਾਏ ਦਾ ਦੁੱਧ ਨਸੀਬ ਦੁੱਧ ਨਸੀਬ ਦਾ ਹੁੰਦਾ ਭਾਈ ਰਫਾਕਤ ਇਹ ਦੱਸੋ ਕਿ ਇਹਦੇ ਪਿੱਛੇ ਦੀ ਥਣ ਦੀ ਗਰੰਟੀ ਥਣ 'ਚ ਵਾਧਾ ਘਾਟਾ ਹੋਵੇ ਕਿਸੇ ਕਿਸਮ ਦਾ ਫੁਹਾਰ ਛੱਟਾ ਆਪਣੀ ਗਰੰਟੀ ਹੈ ਕੋਈ ਮਤਲਬ ਕਿ ਚੁੰਘਦੀ ਹੋਵੇ ਕੋਈ ਵਾਧਾ ਘਾਟਾ ਹੋਵੇ ਆਪਣੀ ਤੱਕ ਦੀ ਗਰੰਟੀ ਹੈ ਸੂਬਾ ਇਹਦਾ ਦੂਸਰਾ ਜਾਂ ਮੈਂ ਮੂੰਹ 'ਚੋਂ ਛੇ ਦਾਂਦੇ ਤੀਸਰੇ ਸੂਬੇ ਹੋਵੇ ਇਸ ਗੱਲ ਦੀ ਵੀ ਆਪਣੀ ਗਰੰਟੀ ਹੈ ਇਸ ਗੱਲ ਦੀ ਕੋਈ ਬੰਦਾ ਗਰੰਟੀ ਨਹੀਂ ਦੁੱਧ ਆਪਾਂ ਦੇ ਕਿੱਲੇ ਦੇ ਕਿੰਨਾ ਚੋਆ ਦੁੱਧ ਆਪਾਂ ਆਪਣੇ ਕਿੱਲੇ ਤੇ ਜਿਹੜਾ ਭਰਾ ਆਵੇ ਹੁਣ ਹੋਇਆ 10 ਕਿਲੋ ਹਾਂਜੀ 10 ਕਿਲੋ ਤੇ 10 ਕਿਲੋ ਬਣਦਾ 20 ਕਿਲੋ 20 ਕਿਲੋ 18 ਕਿਲੋ ਜਿਹੜਾ ਮਰਜ਼ੀ ਭਰਾ ਆਪਣੇ ਕੋਲ ਚੋ ਕੇ ਲਈ ਜਾਵੇ 18 ਕਿਲੋ ਆਪਾਂ ਦੇ ਕਿੱਲੇ ਤੇ ਮਸਤ ਚੁਆ ਕੇ ਦਿਆਂਗੇ ਗਰੰਟੀਆਂ ਨਾਲ ਚੁਆ ਗਰੰਟੀਆਂ ਨਾਲ ਚੁਆ ਕੇ ਦਿਆਂਗੇ ਰੇਟ ਕਰੋ ਪਿਆਰ ਮੁਹੱਬਤ ਦਾ ਰੇਟ ਭਾਈ ਨਾ ਦਮੋ ਜਿਵੇਂ ਬਾਹਰ ਦੇ ਹਾਲਾਤਾਂ ਵੇਖੀਏ ਜਿਵੇਂ ਬੈਠ ਕੋਨੀ ਚੋਨੀ ਆ ਡੱਬੀ ਆ ਵੈਡ ਦਾ 3.5 ਵੀ ਕਰ ਲਈਏ 4.25 ਵੀ ਕਰ ਲਈਏ ਵੈਡ ਦੇ ਮੂੰਹ ਤੇ ਪੈਂਦਾ ਠੀਕ ਹੋ ਪਰ ਆਪਾਂ ਜਿਹੜੀ ਹੈ ਨਾ ਮੁਕਤਸਰ ਜਾਂ ਮੁੱਲ ਲੈਣਾ ਇਹਦਾ ਮੁਕਤਸਰ ਜਾਂ ਪਿਆਰ ਮੁਹੱਬਤ ਵਾਲਾ ਜਿਵੇਂ ਮਗਰ ਬੱਚੀ ਛੱਤੀ ਹੈ ਮਾਸ਼ਾਅੱਲਾ ਸਾਫ ਸੁਥਰੀ ਯਾਰ ਪਿਆਰੀ ਵੈਡ ਹੈ ਜਿਹੜਾ ਲੈ ਕੇ ਜਵਾਨ ਸ਼ਮਾਨ ਹੈ ਹਾਂਜੀ ਬਾਕੀ ਜਿਹੜੀ ਆਪਾਂ ਗੱਲ ਇਹਦਾ ਫਾਈਨਲ ਜਾਂ ਮੁੱਲ 3,20,000 ਉਦਣ ਵੇਲਾ ਆਪਾਂ ਫਾਈਨਲ 55-55 ਰੇਟ ਲਾਇਆ ਤੇ 55-55 ਹੀ ਲਿਆ 55-55 ਹੀ ਲਿਆ ਬਿਲਕੁਲ ਨਹੀਂ ਰੇਟ ਜ਼ਿਆਦਾ ਯਾਰ ਨਹੀਂ ਜ਼ਿਆਦਾ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਕਰੀਏ ਪਿਆਰ ਮੁਹੱਬਤ ਕਰ ਚੱਲ 5,000 ਛੱਡ ਦਿੰਦੇ 15 ਦੀ ਖੁਸ਼ ਹੈ ਨਹੀਂ ਯਾਰ 5 ਸਾਡੇ ਮੂੰਹ ਜਾਣਾ ਕਿੰਨਾ ਪੰਦ ਕਰ ਚਾਹੀਦਾ ਆਹ ਸਫ਼ਰ ਤਾਂ ਤੇਰਾ ਵਾਹਵਾ ਯਾਰ ਮੈਂ ਕਹਿੰਦਾ ਸਹੀ ਹੈ 5,000 ਦਾ ਸਾਡਾ ਪੈਟਰੋਲ ਮੇਰਾ ਸੜ ਜਾਂਦਾ ਚੱਲ 5 ਹੋਰ ਛੱਡ ਦਿੰਦੇ 10 ਨਾ ਖੁਸ਼ ਹੈ 3,10,000 3,10,000 ਹੁਣ ਬਾ ਪਿਆਰ ਮੁਹੱਬਤ ਨਾ ਨਾ ਕਰਾਈ ਹੁਣ ਜਿਵੇਂ ਉਦਾਂ ਨਹੀਂ ਨਾ ਕਰਾਇਆ ਤੂੰ ਮੈਨੂੰ ਪਹਿਲੇ ਕਿਹਾ ਪਿਆਰ ਮੁਹੱਬਤ ਨਹੀਂ ਮੈਂ ਕਰਾਉਣਾ ਮੈਂ ਕਿਹਾ ਠੀਕ ਹੈ ਨਾ ਕਰਾਵੀਂ ਚਲੋ ਅੱਜ ਵੀ ਬਸ ਇਹ ਬਾਬੀ ਅੱਜ ਵੀ ਨਾ ਉਵੇਂ ਹੀ ਜਿਵੇਂ ਆਇਆ ਦੀ ਕਦਰ ਤੋਂ ਹਾਂ ਮੁੱਲ ਕਰਨ ਨੂੰ ਮੈਂ ਮੁੱਲ ਬੈਠਦਾ 3.65 ਹੀ ਕਰਦਾ ਇੱਥੇ ਠੀਕ ਹੋ ਗਿਆ ਪਰ ਇਹ ਬਾਬੀ ਤੇਰਾ ਮੈਨੂੰ ਪਤਾ ਵੀ ਤੂੰ ਜਿਹੜਾ ਮੁੱਲ ਕਰਾਉਣਾ ਨਾ ਹਾਂਜੀ ਪੱਕੀ ਗੱਲ ਕਰਾਉਣਾ ਤੇ ਪੱਕੀ ਦਾ ਤੂੰ ਡੰਗਰ ਵੇਚ ਵੀ ਪੱਕੀ ਦੇ ਡੰਗਰ ਵੇਚੀਦਾ ਬਿਲਕੁਲ ਚਲੋ ਇਹਨੇ ਲੋਕਾਂ ਦਾ ਨਹੀਂ ਦੂਸਰੇ ਚੈਨਲ ਵਾਲੇ ਜਿਹੜੇ 50,000 ਵੱਧ ਮੰਗ ਲਾ ਲੱਖ ਲੱਖ ਵੱਧ ਮੰਗ ਲੈਂਦੇ ਨਹੀਂ ਮੈਨੂੰ ਤੇਰਾ ਪਤਾ ਵੀ ਤੂੰ ਜਿਹੜਾ ਮੁੱਲ ਕਰਾਉਣਾ ਨਾ ਤੂੰ ਉਹਨੇ ਦਾ ਡੰਗਰ ਵੇਚ ਵੀ ਉਹਨੇ ਦਾ ਵੇਚ ਬਿਲਕੁਲ ਆਪਾਂ ਮੁੱਲ ਦੇ ਜਿਹੜੇ ਗਾਹਕ ਨੇ ਉਹਨਾਂ ਨੂੰ ਪਤਾ ਵੀ ਨਾਜ਼ਮ ਸਹੀ ਕੰਮ ਕਰਦਾ ਸੁੱਚਾ ਕਰਦਾ ਬਿਲਕੁਲ ਮਾਕੂਲ ਰੇਟ ਕਰੀਦਾ ਹਾਂ ਤੇ ਹੁਣ ਇਹਦੇ ਚੋਂ ਆਇਆ ਬੰਦਿਆਂ ਦਾ ਤੇ ਮੋਟ ਹੋਵੇ ਹੁਣ ਮੈਂ ਕੀਤਾ ਅੱਗੇ ਬੜਾ 10,000 ਕੀਤਾ ਆਇਆ ਦਾ ਤੇ ਮੋਟ ਹੋਵੇਗਾ ਚਲੋ ਅੱਲਾ ਖੈਰ ਕਰੇ ਮੋਟ ਵੀ ਦੋ ਟਾਈਮ ਚੋਂ ਇਹ ਮੇਰਾ ਵੀਰਾ ਭਰਾਵਾ ਦੋਸਤਾਂ ਦੇਖ ਲਿਆ ਰੇਟ ਮੇਰੇ ਵੀਰਾਂ ਨੇ ਵੇਖ ਲੈਣਾ ਬਿਲਕੁਲ ਮੁਨਾਸਬ ਹੋਇਆ ਬਾਅਦ 'ਚ ਵੀਰ ਭਰਾ ਕਹਿੰਦੇ ਨੇ ਕਿ ਯਾਰ ਕਿਰਾਇਆ ਛੁੜਾ ਦੇ ਪਈ ਨਾਜ਼ਮ ਕਿਰਾਇਆ ਛੁੜਾ ਦੇ ਇਹ ਗੱਲ ਨਹੀਂ ਹੋਣੀ ਮੇਰੇ ਦੋਸਤੋ ਪਹਿਲਾਂ ਹੀ ਮੈਂ ਬੜਾ ਉਹਨਾਂ ਨੂੰ ਤੋੜ ਲਿਆ 3,50,000 ਕਰਦਾ ਸੀ 3,65,000 ਕਰਦਾ ਸੀ ਉਹਨੂੰ ਲਿਆ ਕੇ 20 ਤੇ 20 ਤੋਂ ਫਿਰ 10 ਤੋੜ ਕੇ ਮੈਂ 3,10 ਤੇ ਲਿਆਂਦਾ ਇਹਦੇ 'ਚ ਐਵੇਂ ਧੇਮ ਹੋਵੇਗਾ ਥੋੜ੍ਹਾ ਬਹੁਤਾ ਜ਼ਿਆਦਾ ਨਹੀਂ ਹੋਣਾ ਦੋਸਤੋ ਫਿਰ ਵੀਰ ਭਰਾ ਸਰਾਰ ਕਰ ਦੇਣ ਭਾਈ ਨਾਜ਼ਮ ਯਾਰ ਕਿਰਾਇਆ ਛੁੜਾਓ ਕਿਰਾਇਆ ਛੁੜਾਓ ਕਿਰਾਇਆ ਪੈਂਦਾ ਪਿਆ ਇਹ ਮੇਰਾ ਵੀਰ ਭਰਾ ਗੱਲ ਨਹੀਂ ਹੋਣੀ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਹੋਵੇਗਾ ਇਸ ਰੇਟ 'ਚ ਜਿੰਨਾ ਕੁ ਮੈਂ ਕਰਵਾ ਸਕਦਾ ਆ ਔਰ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਵੀਡੀਓ ਪਸੰਦ ਆਵੇ ਜਿਹੜਾ ਮੇਰਾ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-695 0302-4029-695 ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ ਔਰ ਕਿਸੇ ਮੇਰੇ ਵੀਰ ਭਰਾ ਦੋਸਤ ਨੂੰ ਪਸੰਦ ਆਵੇ ਉਹ ਉੱਤੇ ਆ ਜਾਵੇ ਉੱਤੇ ਆ ਕੇ ਚੁਆਈਆਂ ਕਰੇ ਤਸੱਲੀਆਂ ਕਰੇ ਫਿਰ ਲੈ ਕੇ ਜਾਵੇ ਇਹ ਮੈਂ ਆਪਦੀ ਹਰ ਵੀਡੀਓ 'ਚ ਕਹਿੰਦਾ ਕਿ ਮੇਰੇ ਕੋਲ ਜਿਹੜੇ ਵੀਰ ਭਰਾ ਨੇ ਜਾਨਵਰ ਲੈਣਾ ਉਹ ਉੱਪਰ ਆ ਕੇ ਅੱਜ ਤਸੱਲੀ ਕਰਕੇ ਲੈ ਕੇ ਜਾਵੇ ਨਾ ਪਸੰਦ ਆਵੇ ਜਾਨਵਰ ਮਾਲਕ ਦਾ ਮਾਲਕ ਦੇ ਕਿੱਲੇ 'ਤੇ ਖਾ ਲੈ ਬਾਅਦ 'ਚ ਕਿਸੇ ਵੀਰ ਭਰਾ ਮੈਨੂੰ ਗਿਲਾ ਸ਼ਿਕਵਾ ਨਹੀਂ ਦੇਣਾ ਜਾਨਵਰ ਵਿਕਣਾ ਮਾਲਕ ਦਾ ਵਿਕਣਾ ਸਾਡਾ ਨਹੀਂ ਵਿਕਣਾ ਲੇਕਿਨ ਬਾਅਦ 'ਚ ਵੀਰ ਭਰਾ ਗਿਲਾ ਸ਼ਿਕਵਾ ਦਿੰਦੇ ਨੇ ਉਹ ਗਲਤ ਗੱਲ ਹੈ ਜਿਹਨੇ ਲੈਣਾ ਉੱਪਰ ਆ ਕੇ ਤਸੱਲੀਆਂ ਕਰਕੇ ਲਿਜਾਵੇ ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇਣੀ ਜਾਸਤ ਅੱਲਨ ਕੇ ਬਾਨ ਪਾਕਿਸਤਾਨ ਜ਼ਿੰਦਾਬਾਦ।